ओ गीता मेरे देना दिल खोले हुए ने, दिल खोले हुए ने, कागजात कोसे हंजू डोले हुए ने, हंजू डोले हुए ने, आप रोई मैनू भी, आप रोई मैनू भी, आप रोई मैनू भी, रवाया ओ सी कुड़ी मैनू दिलों नी बुलाया उसे कुड़ी ने, पर मैनू दिलों बुलाया उसे कुड़ी ने, चल सरदूने ओदा नां दस तेने रविंदर बनाया उस कुड़ी ने, पर मैनू दिलों बुलाया उस कुड़ी ने, पर मैनू दिलों बुलाया उस कुड़ी। मैनू दे हाथां दी किताब इक मिली है, किताब इक मिली ओदे नाल अजे तक, सांझ मेरी दिली है, सांझ मेरी गीत सी, पहला पहला गीत सी, पहला पहला गीत सी, लिखाया उस कुड़ी ने, पर मैनू दिलों बुलाया उस कुड़ी ने, पर मैनू दिलों बुलाया दुख नाल सांझा बस सौखी है सारा नूं, उसे करके तो भरा मेरा आई सो पता ही हूँ सारा नूं की सी साडे लई, तुहानूं भी पता ही है, पर जिन्हां नूं असीं पहुँचाउणा चाहुंदे आ सब नूं पता ही है कि समुंदर सी इक संगीत है ना, विदाउट एनी कॉन्ट्रोवर्सी एक लाइफ एड्डी सोहनी लाइफ स्पेंड की उन्होंने, सो अज मन भरे हुए सारिआं दे, बाकी सच भी जाणदे आ सारे, सच भी किसी तो नहीं लोग कि उन्होंने नहीं आना, पर बस एक आर्टिस्ट का होंगे कि आपकी खेती छड़ जाता, आप फसलों छड़ जाता,
ਸੋ ਉਹਨਾਂ ਦੇ ਗੀਤ ਸੁਣਦੇ ਰਵਾਂਗੇ ਉਹਨਾਂ ਦੀਆਂ ਯਾਦਾਂ ਨੇ ਬਹੁਤ ਸਾਰੀਆਂ ਉਹ ਬੈਠ ਕੇ ਇੱਦਾਂ ਹੀ ਕਲਾਕਾਰ ਭਰਾ ਯਾਦ ਕਰ ਲੈਂਦਾ ਪਰ ਬਸ ਇਹ ਹੈ ਕਿ ਜਿਹਨੇ ਆਇਆ ਜੋ ਤਾਂ ਉਹਨੇ ਜਾਣਾ ਜ਼ਰੂਰ ਹੈ ਬਸ ਇੰਨਾ ਲੋਕਾਂ ਦਾ ਪਿਆਰ ਹੈ ਕਿੰਨੇ ਆਸ਼ਕ ਲੋਕ ਉਹਨਾਂ ਦੇ ਨੌਜਵਾਨੀ ਕਿੱਡੀ ਵੱਡੀ ਗਿਣਤੀ 'ਚ ਬਾਹਰ ਆਈ ਵੀ ਹੈ ਅਤੇ ਉਹਨਾਂ ਦੀ ਬਾਡੀ ਨੂੰ ਲੈ ਕੇ ਆ ਰਿਹਾ ਕਿੰਨਾ ਇਕੱਠ ਮੈਨੂੰ ਭਾਈ ਹੋਰਾਂ ਨੇ ਹੁਣੇ ਦੱਸਿਆ ਸੋ ਬਸ ਇੱਕ ਮੇਰੇ ਖਿਆਲ 'ਚ ਕਮਾਈ ਹੁੰਦੀ ਹੈ ਸਾਡੀ ਜ਼ਿੰਦਗੀ ਸਾਡੇ ਸੰਗੀਤ ਦੀ ਕਮਾਈ ਸੋ ਪਰਮਾਤਮਾ ਸਭ ਨੂੰ ਇੱਦਾਂ ਦੀ ਕਮਾਈ ਬਖਸ਼ੇ ਇੱਦਾਂ ਦਾ ਸਵਰ ਬਖਸ਼ੇ ਬਹੁਤ ਜ਼ਿਆਦਾ ਦੁੱਖ ਭਰੀ ਖਬਰ ਕੱਲ੍ਹ ਹੀ ਪਤਾ ਲੱਗੀ ਹੈ ਕਾਫੀ ਦੇਰ ਤੋਂ ਬਿਮਾਰ ਚੱਲੇ ਆ ਰਹੇ ਸੀ ਭਾਅ ਜੀ ਔਰ ਪੰਜਾਬੀ ਸੰਗੀਤ ਜਗਤ ਨੂੰ ਸਭ ਤੋਂ ਸੁਰੀਲਾ ਜਿਹੜਾ ਕਲਾਕਾਰ ਸੀਗਾ ਵਾ ਅਸੀਂ ਖੋਤਾ ਔਰ ਅੱਜ ਦਾ ਇਕੱਠ ਦੇਖ ਕੇ ਤੁਸੀਂ ਦੇਖ ਸਕਦੇ ਹਾਂ ਕਿ ਉਸ ਬੰਦੇ ਕੀ ਕਮਾਈ ਕੀਤੀ ਹੈ ਜ਼ਿੰਦਗੀ 'ਚ ਸਾਰਾ ਕਲਾਕਾਰ ਭਾਈਚਾਰਾ ਇੱਥੇ ਪਹੁੰਚਿਆ ਇਹ ਜਿਹੜਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਬਹੁਤ ਮੇਲ ਮਿਲਾਪ ਬੜਾ ਸੀਗਾ ਭਾਅ ਜੀ ਦਾ ਹਮੇਸ਼ਾ ਹਰ ਬੰਦੇ ਦਾ ਆਪਣੇ ਤੋਂ ਜਿੰਨੇ ਜੂਨੀਅਰ ਸੀਗੇ ਉਹਨਾਂ ਸਭ ਨਾਲ ਬਹੁਤ ਜ਼ਿਆਦਾ ਮੇਲ ਮਿਲਾਪ ਰੱਖਦੇ ਸੀਗੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਕਰਾ ਨਛਿੱਤਰ ਭਾਅ ਜੀ ਤੁਹਾਡੇ ਨਾਲ ਵੀ ਕੋਈ ਉਹਨਾਂ ਦੀ ਯਾਦਗਾਰੀ ਪਲ ਜਾਂ ਕੁਛ ਜਿਹੜੀ ਯਾਦਗਾਰ ਬਣੀਆਂ ਹੋਣ ਤੁਹਾਡੀਆਂ ਉਹ ਕੋਈ ਹੈ ਤੁਹਾਨੂੰ ਦੱਸਣਾ ਸਾਡੇ ਦਰਸ਼ਕਾਂ ਨੂੰ ਦੱਸੋ ਕੀ ਸੀ ਸਰਦੋਸ਼ ਜੀ ਭਾਅ ਜੀ ਨਾਲ ਦੇ ਬੜੇ ਹੁੰਦੇ ਸੀਗੇ ਮੇਲ ਮਿਲਾਪ ਦੇ ਬਹੁਤ ਜ਼ਿਆਦਾ ਹੁੰਦਾ ਸੀ ਭਾਅ ਜੀ ਨਾਲ ਜਦੋਂ ਪਹਿਲੀ ਐਲਬਮ ਮੈਂ ਕੀਤੀ ਹੈ ਤਾਂ ਕਹਿੰਦੇ ਮੈਨੂੰ ਸਪੈਸ਼ਲ ਫੋਨ ਆਇਆ ਤੂੰ ਯਾਰ ਬੜਾ ਅੱਛਾ ਗਾਇਆ ਹੈ ਨਾ ਜਦੋਂ ਇੱਧਰ ਕਿਤੇ ਖੰਨੇ ਵਾਲਾ ਆਉਂਦੇ ਸੀ ਭਾਅ ਜੀ ਨੇ ਸਪੈਸ਼ਲ ਕਹਿਣਾ ਜਾ ਬੈਠਦੇ ਹੈ ਨਾ ਫਿਰ ਵਹਿਫਲ ਲਾ ਲੈਂਦੇ ਸੀ ਭਾਅ ਜੀ ਉੱਧਰ ਫਗਵਾੜੇ ਸਾਡੇ ਵੱਲ ਜਾਂਦੇ ਹੁੰਦੇ ਸੀ ਕਦੇ ਪ੍ਰੋਗਰਾਮ 'ਤੇ ਇਹਦੇ ਕਹਿਣਾ ਕਿ ਆਪਾਂ ਮਿਲਦੇ ਹਾਂ ਅਤੇ ਮੈਂ ਆਸਟ੍ਰੇਲੀਆ ਟੂਰ 'ਤੇ ਸੀਗਾ ਸਪੈਸ਼ਲ ਮੈਨੂੰ ਫੋਨ ਕਿਹਾ ਲਿਆ ਵੀ ਐਤਕੀ ਡਿਮਾਂਡ ਬੜੀ ਹੈ ਕਿ ਤੇਰੇ ਤੋਂ ਪ੍ਰੋਗਰਾਮ ਕਰਾਉਣਾ ਕਰਨੇ ਹੈ ਨਾ ਮੈਂ ਕਿਹਾ ਜੀ ਆ ਜਾਣਾ ਜਦ ਤੱਕ ਸੋ ਬੜਾ ਬਹੁਤ ਜ਼ਿਆਦਾ ਪ੍ਰੇਮ ਕਰਦੇ ਸੀਗੇ ਪਰ ਬਹੁਤ ਸੁਰੀਲੀ ਰੂਹ ਸੀਗੀ ਬਹੁਤ ਜ਼ਿਆਦਾ ਸਾਹਿਬ ਬਾਰੇ ਬਹੁਤਾਂ ਮੇਰੇ ਤੋਂ ਕਿਹਾ ਨਹੀਂ ਜਾਣਾ ਕਿਉਂਕਿ ਜਿਵੇਂ ਕਹਿ ਦਿਉ ਨਾ ਇੱਕ ਵੀ ਦਿਲ ਵੀ ਟੁੱਟ ਗਿਆ ਅਤੇ ਲੱਕ ਵੀ ਟੁੱਟ ਗਿਆ ਇਹਦੀ ਬੇਵਕਤੀ ਮੌਤ ਐਡਾ ਪਤਾ ਨਹੀਂ ਮਾਲਕ ਨੂੰ ਕਿਹਾ ਇਹ ਗੱਲ ਮਨਜ਼ੂਰ ਸੀ ਕਿ ਇੱਦਾਂ ਹੋਇਆ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ ਸੁਰੀਲੇ ਫਨਕਾਰ ਦੁਨੀਆ 'ਚ ਬਹੁਤ ਘੱਟ ਨੇ ਔਰ ਇੱਦਾਂ ਦੇ ਲੋਕਾਂ ਦੀ ਤਾਂ ਹਮੇਸ਼ਾ ਹੀ ਲੋੜ ਰਹੀ ਮੇਰਾ ਉਹਨਾਂ ਦੇ ਨਾਲ ਬਚਪਨ ਦਾ ਅਸੀਂ ਇਕੱਠੇ ਰਹੇ ਅਤੇ ਇਕੱਠੇ ਸੰਘਰਸ਼ ਕੁੱਲੀਆਂ ਤੋਂ ਉੱਠ ਕੇ ਅੱਜ ਮਹਿਲਾਂ ਦੇ ਮਾਲਕ ਜੇ ਬਣੇ ਆ ਨਾ ਤਾਂ ਸੰਘਰਸ਼ ਦੀ ਬਦੌਲਤ ਬਣੇ ਮਿਹਨਤਾਂ ਕਰਕੇ ਬਣੇ ਅਤੇ ਕਈਆਂ ਨੂੰ ਤਾਂ ਆਪੋ ਆਪਣੇ ਬੰਦੇ ਦੀ ਮਿਹਨਤ ਹੁੰਦੀ ਹੈ ਲੇਕਿਨ ਜੋ ਸਿਕੰਦਰ ਭਾਅ ਜੀ ਉਹਨਾਂ ਨੇ ਮਿਹਨਤ ਕੀਤੀ ਹੈ ਨਾ ਉਹ ਨਾਮ ਦੇ ਵੀ ਸਿਕੰਦਰ ਅਤੇ ਗਾਇਕੀ ਦੇ ਵੀ ਸਿਕੰਦਰ ਸਿਕੰਦਰ ਬਾਦਸ਼ਾਹ ਹੁੰਦਾ ਇੱਕ ਸਿਕੰਦਰ ਬਾਦਸ਼ਾਹ ਹੋਇਆ ਉਹਨਾਂ ਨੇ ਆਪਣੀ ਤਲਵਾਰ ਦੇ ਜੋੜ ਨਾਲ ਦੁਨੀਆ 'ਤੇ ਰਾਜ ਕੀਤਾ ਪਰ ਸਰਦੂਲ ਸਿਕੰਦਰ ਉਹ ਬਾਦਸ਼ਾਹ ਜਿਹਨੇ ਆਵਾਜ਼ ਦੇ ਜੋੜ ਨਾਲ ਦੁਨੀਆ 'ਤੇ ਰਾਜ ਕੀਤਾ ਔਰ ਇਹ ਨਾ ਹੋਣ ਵਾਲੀ ਜਿਹੜੀ ਘਟਨਾ ਹੋਈ ਹੈ ਜਿਹੜੀ ਕਦੇ ਵੀ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਔਰ ਸਾਡੇ ਹਮੇਸ਼ਾ ਦਿਲ ਦੇ ਵਿੱਚ ਉਹਨਾਂ ਦੇ ਲਈ ਮੈਂ ਤਾਂ ਇਹੋ ਕਹੂੰਗਾ ਕਿ ਜਿੰਨਾ ਚਿਰ ਦੁਨੀਆ ਰਹੇਗੀ ਨਾ ਉਨੀ ਦੇਰ ਆਵਾਜ਼ ਗੂੰਜਦੀ ਰਹੂਗੀ ਤੁਹਾਡਾ ਉਹਨਾਂ